ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਅਰਸ ਨੂੰ ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਐਂਡ ਅੱਜ ਆਪਾਂ ਸੌਂਗ ਸਿੱਖਾਂਗੇ ਜੀ ਦਿਲਜੀਤ ਦੋਸਾਂਝ ਦਾ, ਜੋ ਨਿਊ ਸੌਂਗ ਆਇਆ ਤੇਰੀ ਸਰਦਾਰੀ ਆਉਂਦੀ ਆ। ਅਤੇ ਆ ਜਾਓ ਆਪਾਂ ਹੁਣ ਦੇਖਦੇ ਹਾਂ ਕਿ ਇਹ ਹਾਰਮੋਨੀਅਮ 'ਤੇ ਕਿੱਦਾਂ ਪਲੇ ਹੋਣਾ। ਐਂਡ ਇਸ ਸੌਂਗ ਦੀ ਜੋ ਨੋਟੇਸ਼ਨਸ ਆ, ਇਸ ਸੌਂਗ ਦੀਆਂ ਜੋ ਸਰਗਮਸ ਆ, ਉਹ ਮੈਂ ਆਪਣੇ ਬਲੌਗ ਉੱਤੇ ਪਹਿਲਾਂ ਹੀ ਪਾ ਦਿੱਤੀਆਂ ਨੇ, ਠੀਕ ਹੈ ਜੀ। ਤੁਸੀਂ ਉੱਥੇ ਵਿਜ਼ਿਟ ਕਰਕੇ ਇਹਦੀਆਂ ਸਰਗਮਾਂ ਲੈ ਸਕਦੇ ਹੋ, ਉਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ, ਠੀਕ ਹੈ ਜੀ। ਅਤੇ ਜੋ ਇਸ ਸੌਂਗ ਦਾ ਰੀਅਲ ਸਕੇਲ ਆ, ਪਹਿਲਾਂ ਆਪਾਂ ਉਹ ਦੇਖਦੇ ਹਾਂ ਕਿ ਦਿਲਜੀਤ ਦੋਸਾਂਝ ਜੀ ਨੇ ਇਹ ਸੌਂਗ ਕਿੱਥੋਂ ਪਲੇ ਕੀਤਾ, ਕਿੱਥੋਂ ਇਹ ਸੌਂਗ ਆਇਆ ਆਇਆ ਠੀਕ ਹੈ ਜੀ। ਬਟ ਆਪਾਂ ਆਹ ਕਾਫੀ ਹਾਈ ਆ, ਦੈਨ ਆਪਾਂ ਇਸ ਕਰਕੇ ਥੋੜ੍ਹਾ ਜਿਹਾ ਇਹ ਤੋਂ ਲੋਅਰ ਸਕੇਲ ਵਿੱਚ ਪਲੇ ਕਰਾਂਗੇ ਸੌਂਗ, ਠੀਕ ਹੈ ਜੀ। ਆਪਾਂ ਜੋ ਸੌਂਗ ਸਟਾਰਟ ਕਰਾਂਗੇ ਉਹ ਪਾ ਤੋਂ ਕਰਾਂਗੇ। ਮਨ ਹੋ ਜਾਂਦਾ ਦੂਣਾ ਜੱਟੀ ਦਾ, ਤੇਰੀ ਕੱਢੀ ਹੋਈ ਰਹਿਲੀ ਵੇਖ ਕੇ, ਇੱਥੋਂ ਪਲੇ ਕਰਾਂਗੇ। ਮਨ ਹੋ ਜਾਂਦਾ ਦੂਣਾ ਜੱਟੀ ਦਾ, ਤੇਰੀ ਕੱਢੀ ਹੋਈ ਰਹਿਲੀ ਵੇਖ ਕੇ, ਤੇਰਾ ਰੋਵਿਆ ਬਗੰਦ ਮੁੰਡਿਆ, ਮੁੱਛ ਮੋੜਦਾ ਏ ਵਹਿਲੀ ਵੇਖ ਕੇ, ਠੀਕ ਹੈ ਜੀ। ਆਹ ਦੇਖੋ ਹੁਣ ਕਿੱਦਾਂ ਪਲੇ ਕਰਨਾ, ਬਿਲਕੁਲ ਸਲੋ ਦੱਸੂੰਗਾ ਐਂਡ ਨੈਕਸਟ ਪੈਰਾ ਇਹਦਾ ਅੰਤਰਾ ਵੀ ਦੱਸੂੰਗਾ, ਠੀਕ ਹੈ ਜੀ। ਮਨ ਹੋ ਜਾਂਦਾ ਦੂਣਾ ਜੱਟੀ ਦਾ, ਤੇਰੀ ਕੱਢੀ ਹੋਈ ਰਹਿਲੀ ਵੇਖ ਕੇ, ਤੇਰਾ ਰੋਵਿਆ ਪਸੰਦ ਮੁੰਡਿਆ, ਮੁੱਛ ਮੋੜਦਾ ਏ ਵਹਿਲੀ ਵੇਖ ਕੇ, ਆਉਂਦੇ ਨਾ ਵਲੈਤੀ ਸੁਪਨੇ, ਨਾ ਕੋਈ ਫਰਾਰੀ ਆਉਂਦੀ ਆ, ਮੇਰੇ ਸੁਪਨੇ ਦੇ ਵਿੱਚ ਸੋਹਣਿਆ, ਬਸ ਤੇਰੀ ਸਰਦਾਰੀ ਆਉਂਦੀ ਆ, ਮੇਰੇ ਸੁਪਨੇ ਦੇ ਵਿੱਚ ਸੋਹਣਿਆ, ਬਸ ਤੇਰੀ ਸਰਦਾਰੀ ਆਉਂਦੀ ਆ, ਠੀਕ ਹੈ ਜੀ। ਇੰਨਾ ਹੋ ਗਿਆ, ਹੁਣ ਇਹਦਾ ਨੈਕਸਟ ਪੈਰਾ ਜੋ ਸ਼ੁਰੂ ਹੁੰਦਾ, ਅੱਖ ਰੱਖਦਾ ਨਾ ਕੈਟ ਬੁੱਕਾਂ ਤੇ, ਅੱਖ ਰੱਖਦਾ ਨਾ ਕੈਟ ਬੁੱਕਾਂ ਤੇ, ਇਸ ਗੱਲ ਦਾ ਸਕੂਨ ਬਾਲਾਏ, ਅੱਖ ਰੱਖਦਾ ਨਾ ਕੈਟ ਬੁੱਕਾਂ ਤੇ, ਇਸ ਗੱਲ ਦਾ ਸਕੂਨ ਬਾਲਾਏ, ਮੇਰੇ ਦਿਲ ਵਿੱਚ ਵੇਖ ਚੋਬਰਾ, ਤੇਰੇ ਪਿਆਰ ਦਾ ਜਨੂਨ ਬਾਲਾਏ, ਠੀਕ ਹੈ ਜੀ। ਅੱਖ ਰੱਖਦਾ ਨਾ ਕੈਟ ਵਾਕਾਂ ਤੇ, ਇਸ ਗੱਲ ਦਾ ਸਕੂਨ ਬਾਲਾਏ, ਮੇਰੇ ਦਿਲ ਵਿੱਚ ਵੇਖ ਚੋਬਰਾ, ਤੇਰੇ ਪਿਆਰ ਦਾ ਜਨੂਨ ਬਾਲਾਏ, ਨਾਲ ਖੜੂ ਪੌਣੇ 6 ਫੁੱਟ ਦੀ, ਠੀਕ ਹੈ ਜੀ। ਇੱਥੋਂ ਆਪਾਂ ਚੱਕਣਾ ਨਾਲ ਨਾਲ ਖੜੂ ਪੌਣੇ 6 ਫੁੱਟ ਦੀ, ਪਾ ਤੋਂ ਆਪਾਂ ਇਹ ਸਟਾਰਟ ਕਰਨਾ। ਨਾਲ ਖੜੂ ਪੌਣੇ 6 ਫੁੱਟ ਦੀ, ਸੋਚ ਦਿਲ 'ਚ ਪਿਆਰੀ ਆਉਂਦੀ ਆ, ਮੇਰੇ ਸੁਪਨੇ ਦੇ ਵਿੱਚ ਸੋਹਣਿਆ, ਬਸ ਤੇਰੀ ਸਰਦਾਰੀ ਆਉਂਦੀ ਆ, ਮੇਰੇ ਸੁਪਨੇ ਦੇ ਵਿੱਚ ਸੋਹਣਿਆ, ਬਸ ਤੇਰੀ ਸਰਦਾਰੀ ਆਉਂਦੀ ਆ, ਠੀਕ ਹੈ ਜੀ। ਸੋ ਇੱਦਾਂ ਇਹ ਸੌਂਗ ਸੀਗਾ, ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਵੈਰੀ ਮੱਚ।